ਖਾਲਸਾ ਕਾਲਜ ਗਵਰਨਿੰਗ ਕਾਉਂਸਿਲ ਟੈਲੀਵਿਜ਼ਨ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਅਰਪਣ ਕਾਲੋ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਨਾਲ ਸਟੂਡੀਓ ਵਿੱਚ ਬੈਠੇ ਨੇ ਖਾਲਸਾ ਕਾਲਜ ਗਰਲ ਸੀਨੀਅਰ ਸੈਕੰਡਰੀ ਸਕੂਲ ਦੇ ਅਗਵਾਹੀ ਕਰ ਸਤਿਕਾਰਯੋਗ ਪ੍ਰਿੰਸੀਪਲ ਮੈਮ ਪੁਨੀਤ ਕੌਰ ਨਾਗਪਾਲ ਜੀ। ਮੈਮ, ਬਹੁਤ ਬਹੁਤ ਥੈਂਕ ਯੂ ਸਾਡੇ KCGC TV ਨਾਲ ਜੁੜਨ ਲਈ ਤੇ ਸਾਨੂੰ ਆਪਣਾ ਕੀਮਤੀ ਸਮੇਂ ਦੇਣ ਲਈ। KCGC TV ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਮ, ਤੁਸੀਂ ਐਜ਼ ਅ ਗਰਲ ਸਕੂਲ ਦੇ ਪ੍ਰਿੰਸੀਪਲ ਅਗਵਾਈ ਕਰੋ ਤੇ ਤੁਹਾਡਾ ਕੀ ਵਿਜ਼ਨ ਹੈ ਟੂਵਰਡ ਅ ਗਰਲਸ? ਸਮਾਜ ਦੇ ਵਿੱਚ ਇੱਕ ਮੁਕਾਮ ਹਾਸਿਲ ਕਰਨ ਲਈ ਗਰਲ ਐਜੂਕੇਸ਼ਨ ਨੂੰ ਪ੍ਰਮੋਟ ਕਰਨਾ ਬਹੁਤ ਹੀ ਜ਼ਰੂਰੀ ਹੈ। ਇੱਕ ਨਾਰੀ ਜਿਹੜੀ ਜਿੱਥੇ ਆਪਣੇ ਘਰ ਦੀ ਸਿਰਜਣਾ ਕਰਦੀ ਹੈ, ਉੱਥੇ ਸਮਾਜ ਅਤੇ ਦੇਸ਼ ਦੀ ਵੀ ਸਿਰਜਣਾ ਕਰਦੀ ਹੈ। ਇਸ ਕਰਕੇ ਜੇ ਸਾਡੀਆਂ ਬੱਚੀਆਂ ਪੜ੍ਹੀਆਂ ਲਿਖੀਆਂ ਹੋਣਗੀਆਂ ਤਾਂ ਇੱਕ ਸਮਾਜ ਨੂੰ ਕੰਟਰੀਬਿਊਸ਼ਨ ਹੋਏਗੀ, ਉਹ ਉਸ ਸਮਾਜ ਨੂੰ ਸਿਰਜਣਗੀਆਂ ਜਿਹੜਾ ਕਿ ਇੱਕ ਨਸ਼ਾ ਮੁਕਤ ਹੋਏਗਾ, ਜਿਹਦੇ ਵਿੱਚ ਸਾਰੀਆਂ ਵਡਿਆਈਆਂ ਹੋਣਗੀਆਂ ਅਤੇ ਅਵਗੁਣ ਬਹੁਤ ਘੱਟ ਹੋਣਗੇ। ਇਸ ਕਰਕੇ ਅਸੀਂ ਆਪਣੇ ਇਸ ਵਿਜ਼ਨ ਨੂੰ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ। ਅਸੀਂ ਬੱਚਿਆਂ ਦੀ ਜਿੱਥੇ ਸਪਿਰਚੁਅਲ ਐਜੂਕੇਸ਼ਨ ਦਾ ਧਿਆਨ ਰੱਖਦੇ ਹਾਂ, ਡਿਵਿਨਿਟੀ ਦੇ ਸਬਜੈਕਟ ਦੇ ਨਾਲ ਬੱਚਿਆਂ ਨੂੰ ਜੋੜਦੇ ਹਾਂ, ਉੱਥੇ ਹੀ ਅਸੀਂ ਉਹਨਾਂ ਦੀ ਫਿਜ਼ੀਕਲ ਐਕਟੀਵਿਟੀਜ਼ ਦੇ ਲਈ ਸਪੋਰਟਸ, ਮਿਊਜ਼ਿਕ ਅਤੇ ਹੋਰ ਡਾਂਸ ਵਗੈਰਾ ਆਦਿ ਐਕਟੀਵਿਟੀਜ਼ ਜਿਹੜੀਆਂ ਨੇ ਉਹ ਅਸੀਂ ਸ਼ੁਰੂ ਕੀਤੀਆਂ ਹੋਈਆਂ। ਬੱਚੇ ਥੀਏਟਰ ਵੀ ਕਰਦੇ ਨੇ ਸਕੂਲ ਦੇ ਵਿੱਚ, ਉਹਦੀਆਂ ਵਰਕਸ਼ਾਪਸ ਅਰੇਂਜ ਕੀਤੀਆਂ ਜਾਂਦੀਆਂ ਨੇ। ਸਪੋਰਟਸ ਦੇ ਵਿੱਚ ਸਾਡਾ ਸਕੂਲ ਬਹੁਤ ਹੀ ਮੱਲਾ ਮਾਰਦਾ, ਸਾਡੇ ਕੋਲ ਸਟੇਟ, ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਦੇ ਖਿਡਾਰੀ ਹੈਗੇ ਨੇ। ਮਿਊਜ਼ਿਕ ਦੇ ਵਿੱਚ ਵੀ ਸਾਡਾ ਸਕੂਲ ਜਿਹੜਾ ਹੈ ਉਹਦਾ ਬਹੁਤ ਨਾਮ ਹੈਗਾ, ਔਰ ਬੱਚੇ ਜਿਹੜੇ ਨੇ ਸਟੇਟ ਪੱਧਰ ਤੱਕ ਜਾ ਕੇ ਵੱਖ ਵੱਖ ਕੰਪੀਟੀਸ਼ਨਾਂ ਦੇ ਵਿੱਚ ਹਿੱਸਾ ਲੈ ਕੇ ਆਪਣਾ ਨਾਮ ਬਣਾਉਂਦੇ ਨੇ, ਉੱਥੇ ਹੀ ਸਕੂਲ ਦਾ ਨਾਮ ਵੀ ਰੌਸ਼ਨ ਕਰਦੇ ਨੇ। ਅਸੀਂ ਬੱਚਿਆਂ ਨੂੰ ਹਾਰਮੋਨੀਅਮ ਔਰ ਤਬਲੇ ਦੀ ਸਿਖਲਾਈ ਵੀ ਦਿੰਦੇ ਹਾਂ, ਜਿਹਦੇ ਵਿੱਚ ਬੱਚਿਆਂ ਨੂੰ ਗੁਰਮਤਿ ਸੰਗੀਤ ਦੇ ਨਾਲ ਵੀ ਜੋੜਿਆ ਜਾਂਦਾ ਹੈ, ਔਰ ਬੱਚਿਆਂ ਨੂੰ ਇਸ ਪੱਧਰ 'ਤੇ ਲੈ ਕੇ ਜਾਇਆ ਜਾਂਦਾ ਜਿੱਥੇ ਅੱਗੋਂ ਇਹਨੂੰ ਆਪਣਾ ਕਿੱਤਾ ਵੀ ਬਣਾ ਸਕਣ। ਸਾਡੇ ਕੋਲ ਬਹੁਤ ਹੀ ਐਸੇ ਵਿਦਿਆਰਥੀ ਨੇ ਜਿਹੜੇ ਕਿ ਨਾਟਸ਼ਾਲਾ ਦੇ ਨਾਲ ਜੁੜੇ ਹੋਏ ਨੇ ਔਰ ਉਹ ਥੀਏਟਰ ਕਰਦੇ ਨੇ। ਇਹੋ ਜਿਹੀਆਂ ਬਹੁਤ ਸਾਰੀਆਂ ਸਕਿੱਲਸ ਜਿਹੜੀਆਂ ਨੇ ਅਸੀਂ ਬੱਚਿਆਂ ਨੂੰ ਇਨਕਰੇਜ ਕਰਦੇ ਹਾਂ ਕਿ ਉਹ ਬੱਚੇ ਕਰਨ। ਸਾਡੀ ਜਿਹੜੀ ਐਜੂਕੇਸ਼ਨ ਹੈਗੀ ਹੈ ਉਹ ਵੀ ਐਕਟੀਵਿਟੀ ਬੇਸਡ ਹੈਗੀ ਹੈ। ਅਸੀਂ ਚਾਹੁੰਦੇ ਹਾਂ ਕਿ ਜਿਹੜਾ ਬੱਚਾ ਸਾਡੇ ਕੋਲ 4 ਸਾਲ ਦਾ ਨਰਸਰੀ ਵਿੱਚ ਦਾਖਲ ਹੁੰਦਾ ਹੈ ਔਰ 12ਵੀਂ ਤੱਕ ਸਾਡੇ ਸਕੂਲ ਦੇ ਵਿੱਚ ਪੜ੍ਹ ਰਿਹਾ, ਉਹ ਇੱਕ ਐਸਾ ਨਾਗਰਿਕ, ਇੱਕ ਐਸੀ ਸ਼ਖਸੀਅਤ ਬਣ ਕੇ ਬਾਹਰ ਨਿਕਲੇ ਜਿਹੜਾ ਸਮਾਜ ਦੇ ਵਿੱਚ ਆਪਣਾ ਯੋਗਦਾਨ ਪਾਏ ਅਤੇ ਜਿੱਥੇ ਆਪਣੇ ਮਾਂ ਬਾਪ ਦਾ ਨਾਮ ਰੌਸ਼ਨ ਕਰੇ, ਉੱਥੇ ਹੀ ਸਾਡੇ ਸਕੂਲ ਦਾ ਵੀ ਨਾਮ ਰੌਸ਼ਨ ਕਰੇ। ਮੈਮ, ਜਿੱਦਾਂ ਕਿ ਸਾਡੇ ਸਕੂਲ ਨੇ ਹਰ ਖੇਤਰ ਵਿੱਚ ਹੀ ਮੱਲਾਂ ਮਾਰੀਆਂ ਹੋਏ ਨੇ, ਅਤੇ ਜੇ ਅਸੀਂ ਸਟੱਡੀ ਵਾਈਜ਼ ਗੱਲ ਕਰੀਏ ਤਾਂ ਬੱਚਿਆਂ ਨੇ ਕੀ ਅਚੀਵਮੈਂਟਸ ਲਈਆਂ ਹੋਈਆਂ ਨੇ ਅਤੇ ਕਿਸ ਪੱਧਰ ਤੱਕ ਪਹੁੰਚ ਚੁੱਕੇ ਨੇ? ਸਾਡੇ ਸਕੂਲ ਦੇ ਬੱਚੇ ਜਿਹੜੇ ਨੇ ਉਹ ਡਿਸਟ੍ਰਿਕਟ ਲੈਵਲ ਦੇ ਵਿੱਚ ਅਕਸਰ ਹੀ ਕੋਈ ਨਾ ਕੋਈ ਪੋਜੀਸ਼ਨ ਹਾਸਲ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਦਾ ਜਿਹੜਾ ਹੈਗਾ ਉਹ ਨਾਮ ਰੌਸ਼ਨ ਕਰਦੇ ਨੇ। ਸਾਡੇ ਕੋਲ +1 +2 ਦੇ ਵਿੱਚ ਸਾਰੀਆਂ ਹੀ ਸਟ੍ਰੀਮਸ ਹੈਗੀਆਂ ਨੇ, ਹਿਊਮੈਨਿਟੀਜ਼ ਹੈ, ਕਾਮਰਸ ਹੈ, ਸਾਇੰਸ ਹੈ। ਸਾਡੇ ਕੁਛ ਬੱਚੇ ਮੈਡੀਕਲ ਕਾਲਜ ਦੇ ਵਿੱਚ ਵੀ ਐਡਮਿਸ਼ਨ ਲੈ ਚੁੱਕੇ ਨੇ ਔਰ ਕੁਛ ਬੱਚੇ ਇੰਜੀਨੀਅਰਿੰਗ ਨੂੰ ਵੀ ਆਪਟ ਕਰਦੇ ਨੇ। ਉਸ ਤੋਂ ਇਲਾਵਾ ਅਸੀਂ ਬੱਚਿਆਂ ਨੂੰ ਬਹੁਤ ਪ੍ਰਮੋਟ ਕਰਦੇ ਹਾਂ ਕਿ ਉਹ UPSC, IAS, PCS ਦੇ ਐਗਜ਼ਾਮਸ ਦੀ ਤਿਆਰੀ ਕਰਨ, ਜਿਹਦੀ ਕਿ ਅਸੀਂ ਉਹਨਾਂ ਨੂੰ ਨੌਲੇਜ ਜਿਹੜੀ ਹੈਗੀ ਹੈ ਜਾਂ ਪ੍ਰੈਪਰੇਸ਼ਨ ਕਹਿ ਲਓ, ਅਸੀਂ +1 ਦੇ ਦਰਜੇ ਤੋਂ ਹੀ ਸ਼ੁਰੂ ਕਰ ਦਿੰਦੇ ਹਾਂ ਔਰ ਉਹਨਾਂ ਨੂੰ ਇਸ ਤਰ੍ਹਾਂ ਮੋਟੀਵੇਟਿਡ ਰੱਖਦੇ ਹਾਂ ਤਾਂ ਕਿ ਬੱਚੇ ਉਹਨਾਂ ਨੂੰ ਆਪਣਾ ਐਸ ਕੈਰੀਅਰ ਚੂਜ਼ ਕਰਨ ਔਰ 100% ਡੈਡੀਕੇਸ਼ਨ ਦੇ ਨਾਲ ਐਗਜ਼ਾਮਸ ਦੇ ਵਿੱਚ ਅਪੀਅਰ ਹੋਣ। ਜਿੱਥੇ ਲਿਖਤੀ ਐਗਜ਼ਾਮ ਦੇ ਵਿੱਚ ਅਪੀਅਰ ਹੋਣ ਦੀ ਗੱਲ ਹੈ ਅਤੇ ਉਹਦੀ ਤਿਆਰੀ ਦੀ ਗੱਲ ਹੈ, ਉਹ ਕਲਾਸਰੂਮ ਪ੍ਰੋਗਰਾਮ ਦੇ ਵਿੱਚ ਹੀ ਇਨਕਲੂਡਿਡ ਹੈਗੀ ਹੈ। ਉਸ ਤੋਂ ਇਲਾਵਾ ਬੱਚਿਆਂ ਦੇ ਕੌਨਫੀਡੈਂਸ ਨੂੰ ਬਿਲਡ ਕਰਨ ਲਈ, ਇੰਟਰਵਿਊਜ਼ ਦੇ ਵਿੱਚ ਅਪੀਅਰ ਹੋਣ ਦੇ ਲਈ ਵੀ ਅਸੀਂ +1 ਅਤੇ +2 ਦੇ ਵਿਦਿਆਰਥੀਆਂ ਨੂੰ ਮੋਟੀਵੇਟ ਕਰਕੇ ਉਹਨਾਂ ਨੂੰ ਇਸ ਚੀਜ਼ ਦਾ ਐਕਸਪੀਰੀਅੰਸ ਦਿੰਦੇ ਹਾਂ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਸਕੂਲ ਦੀ ਬੱਚੀਆਂ ਜਿਹੜੀਆਂ ਨੇ ਵੱਧ ਤੋਂ ਵੱਧ ਮੁਕਾਮ ਹਾਸਿਲ ਕਰਨ ਅਤੇ ਜ਼ਿੰਦਗੀ 'ਚ ਅੱਗੇ ਵਧਣ। ਜੇ ਅਸੀਂ ਗੱਲ ਕਰੀਏ 8ਵੀਂ ਅਤੇ 10ਵੀਂ ਦੀ, 8ਵੀਂ ਦੇ ਲੈਵਲ ਦੇ ਵਿੱਚ ਸਾਡਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਇੱਕ ਟੈਲੈਂਟ ਟੈਸਟ ਹੁੰਦਾ ਹੈ, NMMS। ਉਹਦੇ ਵਿੱਚ ਵੀ ਸਾਡੇ ਬੱਚੇ ਹਰ ਸਾਲ ਹੀ ਹਿੱਸਾ ਲੈਂਦੇ ਨੇ ਔਰ ਤਕਰੀਬਨ ਸਾਰੇ ਬੱਚੇ ਹੀ ਉਸ ਟੈਸਟ ਦੇ ਵਿੱਚੋਂ ਸਕਾਲਰਸ਼ਿਪ ਜਿੱਤਦੇ ਨੇ। NTSC ਦੇ ਲੈਵਲ ਦੇ ਵਿੱਚ ਵੀ ਬੱਚੇ ਜਿਹੜੇ ਨੇ ਅਪੀਅਰ ਹੁੰਦੇ ਨੇ। ਹਾਲੇ ਤੱਕ ਸਾਨੂੰ ਉੱਥੇ ਕਾਮਯਾਬੀ ਨਹੀਂ ਮਿਲੀ ਹੈ, ਪਰ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਉੱਥੇ ਵੀ ਸਾਡੇ ਬੱਚੇ ਕਾਮਯਾਬ ਹੋਣਗੇ। ਮੈਮ, ਜਿੱਦਾਂ ਕਿ ਸਾਡੀ ਸੋਸਾਇਟੀ ਵਿੱਚ ਹੁਣ ਮਾਡਰਨਾਈਜੇਸ਼ਨ ਵੱਧ ਰਹੀ ਹੈ, ਤਾਂ ਹਰ ਪੇਰੈਂਟਸ ਦੀ ਡਿਮਾਂਡ ਹੈ ਕਿ ਉਹਨਾਂ ਦਾ ਬੱਚਾ ਨੌਲੇਜ ਤਾਂ ਲਏ, ਇਸ ਤੋਂ ਇਲਾਵਾ ਉਹ ਮੈਂਟਲੀ, ਫਿਜ਼ੀਕਲੀ ਅਤੇ ਸੋਸ਼ਲੀ ਸਕਿੱਲਡ ਵੀ ਹੋਏ, ਤਾਂ ਤੁਸੀਂ ਕੀ ਯੋਗਦਾਨ ਪਾ ਰਹੇ ਹੋ ਇਸ ਵਿੱਚ? ਮੈਮ, ਅਗਰ ਤੁਸੀਂ ਮੈਂਟਲੀ ਸਕਿੱਲ ਦੀ ਗੱਲ ਕਰੋ ਤਾਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਹੈ ਕਿ ਸਪੋਰਟਸ ਔਰ ਜਿਹੜੀਆਂ ਸਾਡੀਆਂ ਹੋਰ ਐਕਟੀਵਿਟੀਜ਼ ਨੇ ਉਹ ਬੱਚੇ ਨੂੰ ਮੈਂਟਲੀ ਜਿਹੜੀਆਂ ਹੈਗੀਆਂ ਨੇ ਬਹੁਤ ਫਰੈਸ਼ ਰੱਖਦੀਆਂ ਨੇ ਔਰ ਬੱਚੇ ਨੂੰ ਡਿਸਟਰੈਕਸ਼ਨ ਤੋਂ ਰੋਕਦੀਆਂ ਨੇ। ਉਸ ਤੋਂ ਇਲਾਵਾ ਜਿਹੜਾ ਸਾਡਾ ਕਲਾਸਰੂਮ ਪ੍ਰੋਗਰਾਮ ਐਂਡ ਇੰਟਰ ਕਲਾਸ ਕੰਪੀਟੀਸ਼ਨਸ ਹੁੰਦੇ ਨੇ,
ਉਹਦੇ ਵਿੱਚ ਅਸੀਂ ਖਾਸ ਤੌਰ ਤੇ ਬੱਚਿਆਂ ਦੀ ਲਿਖਣ ਦੀ ਕਲਾ, ਉਹਨਾਂ ਦੇ ਓਰੇਟਰ ਹੋਣ ਦਾ ਔਰ ਹਰ ਪੱਖੋਂ ਉਹਨਾਂ ਦੀ ਡਿਵੈਲਪਮੈਂਟ ਦੇ ਅਕੋਰਡਿੰਗਲੀ ਉਹਨਾਂ ਦੇ ਕੰਪੀਟੀਸ਼ਨਸ ਕਰਵਾਉਂਦੇ ਹਾਂ। ਹਰ ਬੱਚੇ ਨੂੰ ਇਸ ਓਪਰਚੁਨਿਟੀ ਦਿੱਤੀ ਜਾਂਦੀ ਹੈ ਕਿ ਉਹ ਬੱਚਾ ਉਹਦੇ ਵਿੱਚ ਹਿੱਸਾ ਲਏ ਔਰ ਆਪਣੀ ਪਰਸਨੈਲਿਟੀ ਨੂੰ ਇੰਪਰੂਵ ਕਰੇ। ਮੈਂ ਬਿਲਕੁਲ ਵੀ ਮਾਰਕਸ ਦੇ ਸਿਸਟਮ ਨੂੰ ਐਨਕਰੇਜ ਨਹੀਂ ਕਰਦੀ ਹਾਂ। ਦੋ ਸਾਡੇ ਸਕੂਲ ਦੇ ਬੱਚੇ 99% ਮਾਰਕਸ ਤੱਕ ਵੀ ਲੈ ਕੇ ਆਉਂਦੇ ਨੇ ਔਰ ਬਹੁਤ ਸਾਰੀਆਂ ਬੱਚੀਆਂ ਬਹੁਤ ਅਬਵ 95% ਮਾਰਕਸ ਵੀ ਹਾਸਲ ਕਰਦੀਆਂ ਨੇ। ਪਰ ਮੈਂ ਇਸ ਚੀਜ਼ ਨੂੰ ਇਨਹਾਂਸ ਕਰਨਾ ਚਾਹੁੰਦੀ ਹਾਂ ਕਿ ਬੱਚੇ ਕ੍ਰੈਮਿੰਗ ਸਿਸਟਮ ਚੋਂ ਬਾਹਰ ਨਿਕਲ ਕੇ ਇੱਕ ਥਿੰਕਰ ਬਣਨ, ਉਸ ਚੀਜ਼ ਨੂੰ ਸਿੱਖਣ। ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਨ ਦਿੰਦੀ ਹਾਂ। ਬਹੁਤ ਸਾਰੇ ਬੱਚੇ ਡਿਗਰੀਜ਼ ਵੀ ਕਰ ਜਾਂਦੇ ਨੇ ਪਰ ਉਹਨਾਂ ਨੂੰ ਐਪਲੀਕੇਸ਼ਨ ਵੀ ਲਿਖਣੀ ਨਹੀਂ ਆਉਂਦੀ। ਇਹ ਵੀ ਇੱਕ ਕਲਾ ਹੈ ਜੇ ਅਸੀਂ ਕਿਸੇ ਭਾਸ਼ਾ ਨੂੰ ਪ੍ਰਮੋਟ ਕਰਦੇ ਹਾਂ, ਉਹਦੇ ਵਿੱਚ ਆਪਣਾ ਐਕਸਪ੍ਰੈਸ਼ਨ ਦੇਣਾ, ਆਪਣੀ ਗੱਲ ਨੂੰ ਕਹਿ ਪਾਉਣਾ ਜਾਂ ਲਿਖ ਪਾਉਣਾ, ਇਹ ਵੀ ਕਲਾ ਹੈ। ਸਕਿੱਲ ਸਿਰਫ ਇਹੀ ਨਹੀਂ ਹੈ ਕਿ ਅਸੀਂ ਕੋਈ ਪੇਂਟਿੰਗ ਸਿੱਖੀ ਹੈ, ਕਾਰਪੈਂਟਰੀ ਸਿੱਖੀ ਹੈ ਜਾਂ ਇਲੈਕਟ੍ਰੋਨਿਕਸ ਦੇ ਨਾਲ ਰਿਲੇਟਿਡ ਕੋਈ ਸਕਿੱਲ ਸਿੱਖੀ ਹੈ। ਸਕਿੱਲ ਦਾ ਮਤਲਬ ਹੈ ਉਹ ਗਿਆਨ ਜਿਹਨੂੰ ਅਸੀਂ ਆਪਣੀ ਜੀਵਨ ਦੇ ਵਿੱਚ ਉਤਾਰ ਸਕੀਏ ਔਰ ਉਹ ਸਾਡੀਆਂ ਔਂਕੜਾਂ ਨੂੰ ਦੂਰ ਕਰ ਸਕੇ। ਸੋ ਹਰ ਪੱਖੋਂ ਹੀ ਅਸੀਂ ਆਪਣੇ ਬੱਚਿਆਂ ਨੂੰ ਹਰ ਤਰ੍ਹਾਂ ਦੀ ਸਕਿੱਲ ਸਿਖਾਉਣ ਦੀ ਕੋਸ਼ਿਸ਼ ਕਰਦੇ ਹਾਂ, ਚਾਹੇ ਉਹ ਕਿਸੇ ਲੈਂਗੁਏਜ ਦੇ ਨਾਲ ਰਿਲੇਟਿਡ ਹੋਏ, ਚਾਹੇ ਉਹ ਸਾਇੰਸ ਵਿਭਾਗ ਦੇ ਨਾਲ ਰਿਲੇਟਿਡ ਹੋਏ, ਚਾਹੇ ਉਹ ਟੈਕਨੋਲੋਜੀ ਜਾਂ ਕੰਪਿਊਟਰ ਦਾ ਨਾਲ ਰਿਲੇਟਿਡ ਹੋਏ। ਬਹੁਤ ਸਾਰੇ ਬੱਚੇ ਕੰਪਿਊਟਰ ਦੇ ਕੋਰਸਿਸ ਕਰਦੇ ਨੇ ਪਰ ਐਟ ਦਾ ਐਂਡ ਆਫ ਦਾ ਡੇ ਉਹਨਾਂ ਨੂੰ ਮੇਲ ਵੀ ਨਹੀਂ ਭੇਜਣੀ ਆਉਂਦੀ। ਇਸ ਕਰਕੇ ਅਸੀਂ ਪ੍ਰੈਕਟੀਕਲਸ ਤੇ ਪੂਰਾ ਜ਼ੋਰ ਦਿੰਦੇ ਹਾਂ ਤਾਂ ਕਿ ਬੱਚੇ ਹਰ ਪੱਖੋਂ ਡਿਵੈਲਪ ਹੋ ਸਕਣ ਤੇ ਇਸ ਸਮਾਜ 'ਚ ਆਉਣ ਵਾਲੀਆਂ ਚੁਣੌਤੀਆਂ ਦਾ ਡਟ ਕੇ ਮੁਕਾਬਲਾ ਕਰ ਸਕਣ ਔਰ ਉਸ ਭੀੜ ਤੋਂ ਹਟ ਕੇ ਦਿਖਾਈ ਦੇਣ ਕਿ ਇਹ ਖਾਲਸਾ ਕਾਲਜ ਗਰਲਜ਼ ਸਕੂਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਹਨ। ਮੈਮ, ਆਖੀਰ ਦੇ ਵਿੱਚ ਜਾਂਦੇ ਹੋਏ ਤੁਸੀਂ ਸਾਡੇ ਸਰੋਤਿਆਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ? ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਨਾਰਾ ਬੇਟੀ ਪੜਾਓ ਬੇਟੀ ਬਚਾਓ ਨੂੰ ਦੇਖਦਿਆਂ ਹੋਇਆ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਅਧੀਨ ਚੱਲ ਰਹੇ ਸਾਡਾ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਮੈਂ ਆਪ ਸਭ ਮਾਤਾ ਪਿਤਾ ਨੂੰ ਅਪੀਲ ਕਰਦੀ ਹਾਂ ਕਿ ਉਹ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਐਡਮਿਸ਼ਨ ਕਰਾਓ ਤਾਂ ਕਿ ਬੱਚਿਆਂ ਦੇ ਭਵਿੱਖ ਨੂੰ ਅਸੀਂ ਉੱਜਲ ਬਣਾ ਸਕੀਏ, ਉਹਨਾਂ ਨੂੰ ਹਰ ਓਪਰਚੁਨਿਟੀ ਮਿਲੇ, ਉਹ ਸਮਾਜ ਦੇ ਵਿੱਚ ਆਪਣਾ ਇੱਕ ਨਾਮ ਔਰ ਆਪਣਾ ਸਥਾਨ ਬਣਾ ਸਕਣ। ਇਹਦੇ ਵਿੱਚ ਸਾਡਾ ਸਕੂਲ ਜਿਵੇਂ ਯੋਗਦਾਨ ਪਾਉਂਦਾ ਹੈ, ਉਨਾ ਹੀ ਯੋਗਦਾਨ ਅਸੀਂ ਮਾਤਾ ਪਿਤਾ ਤੋਂ ਵੀ ਆਸ ਕਰਦੇ ਹਾਂ। ਅਖੀਰ ਦੇ ਵਿੱਚ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਦੇ ਆਨਰੀ ਸਕੱਤਰ ਸਰਦਾਰ ਰਜਿੰਦਰ ਮੋਹਨ ਸਿੰਘ ਜੀ ਛੀਨਾ ਜੀ ਦਾ ਮੈਂ ਧੰਨਵਾਦ ਕਰਦੀ ਹਾਂ, ਜਿਹੜੇ ਬੱਚਿਆਂ ਨੂੰ ਹਰ ਪੱਖੋਂ ਹਰ ਓਪਰਚੁਨਿਟੀ ਪ੍ਰੋਵਾਈਡ ਕਰਾਉਣ ਦੇ ਵਿੱਚ ਸਾਡਾ ਸਹਿਯੋਗ ਕਰਦੇ ਨੇ ਔਰ ਸਕੂਲ ਉਹਨਾਂ ਦੀ ਅਗਵਾਈ ਦੇ ਹੇਠ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਦਾ ਹੈ। ਇਸ ਦੇ ਨਾਲ ਹੀ ਮੈਂ ਬੱਚਿਆਂ ਦੇ ਮਾਤਾ ਪਿਤਾ ਨੂੰ ਅਪੀਲ ਕਰਦੀ ਹਾਂ ਕਿ ਉਹ ਵੱਧ ਤੋਂ ਵੱਧ ਸਾਡੇ ਸਕੂਲ ਦੇ ਵਿੱਚ ਐਡਮਿਸ਼ਨਸ ਲੈਣ ਤੇ ਆਪਣੀ ਬੱਚਿਆਂ ਦੇ ਭਵਿੱਖ ਨੂੰ ਹਰ ਪੱਖੋਂ ਸਵਾਰਨ ਦੀ ਸਾਡੀ ਇਸ ਕੋਸ਼ਿਸ਼ ਵਿੱਚ ਸ਼ਾਮਲ ਹੋਣ। ਜੀ, ਅਸੀਂ ਅੱਜ ਗੱਲਬਾਤ ਕੀਤੀ ਹੈ ਖਾਲਸਾ ਕਾਲਜ ਗਰਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸਤਿਕਾਰਯੋਗ ਪ੍ਰਿੰਸੀਪਲ ਪ੍ਰੀਤ ਕੌਰ ਨਾਗਪਾਲ ਜੀ ਨਾਲ। ਮੈਮ, ਤੁਹਾਡਾ ਬਹੁਤ ਬਹੁਤ ਥੈਂਕ ਯੂ ਸਾਨੂੰ ਆਪਣਾ ਕੀਮਤੀ ਸਮੇਂ ਦੇਣ ਲਈ ਤੇ ਅਸੀਂ ਆਪਣੇ KCGC ਟੀਵੀ ਨਾਲ ਜੁੜੇ ਹੋਏ ਸਾਰੇ ਹੀ ਸਰੋਤਿਆਂ ਨੂੰ ਨਿਵੇਦਨ ਕਰਦੇ ਹਾਂ ਕਿ ਵੱਧ ਚੜ ਕੇ ਮੈਮ ਦੇ ਸਕੂਲ ਵਿੱਚ ਐਡਮਿਸ਼ਨਸ ਕਰਾਓ ਤੇ ਆਪਣੇ ਬੱਚਿਆਂ ਦੀ ਐਨਰੋਲਮੈਂਟ ਕਰਾਓ। ਬਹੁਤ ਬਹੁਤ ਧੰਨਵਾਦ।